ਹਾਂਜੀ ਗੁੱਡ ਮਾਰਨਿੰਗ ਸਟੂਡੈਂਟਸ ਸੋ ਅੱਜ ਦੇ ਲੈਕਚਰਸ ਅਸੀਂ ਆਪਣਾ ਨੈਕਸਟ ਟਾਪਿਕ ਸਟਾਰਟ ਕਰਾਂਗੇ ਸਾਡੇ ਫਰਸਟ ਚੈਪਟਰ ਦਾ ਜਿਹੜਾ ਹੈਗਾ ਜਰਨਲ ਟੂਲਸ ਆਫ ਗੈਰੇजेस ਠੀਕ ਹੈ ਸਭ ਤੋਂ ਜਿਹੜਾ ਫਰਸਟ ਟਾਪਿਕ ਆਪਾਂ ਕੀਤਾ ਸੀ ਉਹਦੇ ਵਿੱਚ ਅਸੀਂ ਇੱਕ ਟੂਲ ਦੇ ਬਾਰੇ ਸਟੱਡੀ ਕੀਤੀ ਸੀ ਜਿਹੜਾ ਸੀਗਾ ਸਕਰੂ ਡ੍ਰਾਈਵਰ ਠੀਕ ਹੈ ਸੋ ਸਕਰੂ ਡ੍ਰਾਈਵਰ ਕਿੰਨੀ ਤਰ੍ਹਾਂ ਦਾ ਹੁੰਦਾ ਆ ਠੀਕ ਹੈ ਉਹਦਾ ਨੋਮਨਕਲੇਚਰ ਕੀ ਹੈ ਆ ਕਿਹੜੇ ਮਟੀਰੀਅਲਸ ਦਾ ਬਣਿਆ ਹੁੰਦਾ ਟੂਲ ਸਕਰੂ ਡ੍ਰਾਈਵਰ ਤੇ ਉਹਦੀ ਕਲਾਸੀਫਿਕੇਸ਼ਨ ਇਹ ਸਾਰਾ ਕੁਝ ਅਸੀਂ ਲਾਸਟ ਲੈਕਚਰ ਦੇ ਵਿੱਚ ਕੀਤਾ ਸੀ ਸੋ ਜਿਹੜਾ ਸਾਡਾ ਅੱਜ ਦੇ ਦੋ ਟੂਲਸ ਆਪਾਂ ਕਰਨੇ ਆ ਸਭ ਤੋਂ ਫਰਸਟ ਹੈਗਾ ਆ ਪਲਾਇਰ ਐਂਡ ਸੈਕੰਡ ਹੈਗਾ ਆ ਫਾਈਲਸ ਠੀਕ ਆ ਜਿਹਨੂੰ ਆਪਾਂ ਪੰਜਾਬੀ ਚ ਰੇਤੀ ਵੀ ਕਹਿੰਦੇ ਆ ਸੋ ਸਭ ਤੋਂ ਪਹਿਲਾ ਹੈਗਾ ਜੀ ਪਲਾਇਰ ਸੋ ਪਲਾਇਰਸ ਆਰ ਦਾ ਟੂਲਸ ਟੂ ਬੀ ਯੂਜ਼ਡ ਫॉर ਗ੍ਰਿਪਿੰਗ ਦੀ ਆਬਜੈਕਟ ਇਨ देयर ਜੌਸ ਦੇ ਜਨਰਲੀ ਹੋਲਡ ਦਾ ਪਾਰਟਸ ਥੈਟ ਮੇ ਨਾਟ ਬੀ ਹੈਲਡ ਬਾਈ ਹੈਂਡਸ ਠੀਕ ਆ ਸੋ ਪਲਾਇਰ ਇੱਕ ਗ੍ਰਿਪਿੰਗ ਜਾਂ ਹੋਲਡਿੰਗ ਟੂਲ ਆ ਠੀਕ ਹੈ ਇਸੇ ਤਰ੍ਹਾਂ ਜਿਹੜੀ ਫਾਈਲ ਹੈਗੀ ਆ ਉਹ ਇੱਕ ਕਟਿੰਗ ਟੂਲ ਆ ਫਾਈਲ ਦੇ ਨਾਲ ਆਪਾਂ ਕਿਸੇ ਮਟੀਰੀਅਲ ਦੇ ਉੱਪਰ ਜਿਹੜੀ ਰਫ ਸਰਫੇਸ ਆ ਉਹਨੂੰ ਰਿਮੂਵ ਕਰਦੇ ਆ ਸੋ ਉਹ ਇੱਕ ਕਟਿੰਗ ਟੂਲ ਦੀ ਕੈਟਾਗਰੀ ਚ ਆ ਜਾਂਦੀ ਆ ਤੇ ਜਿਹੜਾ ਪਲਾਇਰ ਆ ਉਹ ਇੱਕ ਗ੍ਰਿਪਿੰਗ ਪਲੱਸ ਕਟਿੰਗ ਟੂਲ ਦੀ ਕੈਟਾਗਰੀ ਚ ਆ ਜਾਂਦਾ ਕਿਉਂਕਿ ਆਪਾਂ ਪਲਾਇਰ ਦੇ ਨਾਲ ਵਾਇਰਸ ਵਗੈਰਾ ਵੀ ਕੱਟ ਕਰ ਸਕਦੇ ਆ ਪਲੱਸ ਉਹਨਾਂ ਨੂੰ ਗ੍ਰਿਪ ਕਰ ਸਕਦੇ ਆ ਸੋ ਇਹ ਦੋਨੋਂ ਹੀ ਜਿਹੜਾ ਸੌਰੀ ਪਲਾਇਰ ਹੈਗਾ ਇਹ ਕਟਿੰਗ ਟੂਲ ਪਲੱਸ ਗ੍ਰਿਪਿੰਗ ਟੂਲ ਹੈ ਤੇ ਜਿਹੜੀ ਫਾਈਲ ਹੈਗੀ ਆ ਉਹ ਇੱਕ ਕਟਿੰਗ ਟੂਲ ਹੈਗਾ ਸੋ ਇਹ ਸੀਗੀ ਇੱਕ ਸਿੰਪਲ ਪਲਾਇਰ ਦੀ ਡੈਫੀਨੇਸ਼ਨ ਇਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਕਿ ਪਲਾਇਰਸ ਕਿੰਨੀ ਤਰ੍ਹਾਂ ਦੇ ਹੁੰਦੇ ਆ ਉਹਨਾਂ ਨੂੰ ਕਿਸ ਅਕੋਰਡਿੰਗ ਕਲਾਸੀਫਾਈ ਕੀਤਾ ਜਾਂਦਾ ਹੈ ਤੇ ਆਪਾਂ ਜਿਹੜੇ ਮੋਸਟ ਜਨਰਲ ਯੂਜ਼ਡ ਪਲਾਇਰਸ ਹੈਗੇ ਜਿਹੜੇ ਨਾਰਮਲ ਲਾਈਫਸ ਵਿੱਚ ਯੂਜ਼ ਹੁੰਦੇ ਆ ਉਹਨਾਂ ਦੀ ਇੱਕ ਵਾਰ ਡਾਇਗਰਾਮਸ ਦੇਖਦੇ ਹਾਂ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਅਗਰ ਆਪਾਂ ਪਲਾਇਰ ਦੇਖੀਏ ਤਾਂ ਸਾਨੂੰ ਪਤਾ ਹੋਵੇ ਕਿ ਕਿਹੜੀ ਕੈਟਾਗਰੀ ਦਾ ਪਲਾਇਰ ਆ ਹਾਂਜੀ ਸੋ ਆ ਤੁਹਾਡੇ ਸਾਹਮਣੇ ਇੱਕ ਲਾਈਨਮੈਨ ਪਲਾਇਰ ਲਾਈਨਮੈਨ ਪਲਾਇਰ ਇੱਕ ਕੈਟਾਗਰੀ ਆ ਪਲਾਇਰਸ ਦੀ ਉਹਦੀ ਸ਼ੇਪ ਦੇ ਅਕੋਰਡਿੰਗ ਸੋ ਤੁਹਾਡੇ ਸਾਹਮਣੇ ਇੱਕ ਜਿਹੜੀ ਡਾਇਗਰਾਮ ਆ ਇਹ ਹੈਗਾ ਲਾਈਨਮੈਨ ਪਲਾਇਰ ਠੀਕ ਆ ਜੋ ਆਪਾਂ ਮੋਸਟਲੀ ਜਨਰਲੀ ਯੂਜ਼ ਕਰਦੇ ਆਂ ਗੈਰੇਜਸ ਦੇ ਵਿੱਚ ਪਲੱਸ ਹੋਰ ਵੀ ਜਿੱਥੇ ਆਪਾਂ ਮੋਸਟਲੀ ਦੇਖਿਆ ਹੋਵੇਗਾ ਇਹੀ ਪਲਾਇਰ ਦੇਖਿਆ ਹੋਊਗਾ ਸੋ ਇਹ ਹੈਗਾ ਜੀ ਲਾਈਨ ਮੈਨ ਪਲਾਇਰ ਜਿਹੜੇ ਇਹਦੇ ਦੋ ਵੱਡੇ ਦੰਦੇ ਹੁੰਦੇ ਆ ਜਨੂੰ ਉਹਨੂੰ ਆਪਾਂ ਜੋਜ਼ ਕਹਣਾ ਹੈ ਠੀਕ ਹੈ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਕਹਿੰਣਾ ਜੋਜ਼ ਜਿਹਦੇ ਵਿੱਚ ਆਪਾਂ ਕੋਈ ਚੀਜ਼ ਨੂੰ ਹੋਲਡ ਕਰਦੇ ਆ ਗ੍ਰਿਪ ਕਰਦੇ ਆ ਜਿਹੜਾ ਉਹਦਾ ਇਨਸਾਈਡ ਪਾਰਟ ਆ ਆ ਦੋਨੋਂ ਹੋਗੇ ਜੋਜ਼ ਇਹ ਦੋਨੋਂ ਹੈਗੇ ਆ ਜੋਜ਼ ਠੀਕ ਹੈ ਜੀ ਤੇ ਜਿਹੜਾ ਇਹਨਾਂ ਦਾ ਸੈਂਟਰਲ ਪਾਰਟ ਹੈਗਾ ਅੰਦਰਲੀ ਸਾਈਡ ਹੈਗੀ ਆ ਉਹਨੂੰ ਆਪਾਂ ਕਹਿੰਦੇ ਆ ਪਾਈਪ ਗ੍ਰਿਪ ਠੀਕ ਹੈ that is pipe grip ਜਿਹੜਾ ਨੀਚੇ ਵਾਲਾ ਪਾਰਟ ਆ ਜਿੱਥੇ ਆਪਾਂ ਵਾਇਰ ਦੇ ਨਾਲ ਕੱਟ ਵਾਇਰ ਨੂੰ ਕੱਟ ਕਰ ਸਕਦੇ ਆ ਇਹਨੂੰ ਕਹਿੰਦੇ ਆ ਕਟਰ ਸੈਂਟਰ ਪਾਰਟ ਜਿੱਥੇ ਦੋਨੋਂ ਜਾਜ਼ ਰੋਟੇਟ ਹੁੰਦੇ ਆ ਉਹਨੂੰ ਕਹਿੰਦੇ ਆ ਫਲਕਰਮ ਠੀਕ ਹੈ ਜੀ ਤੇ نیچے ਦੋ ਹੈਗੇ ਹੈਂਡਲਸ ਠੀਕ ਹੈ ਸੋ ਅਗਰ ਤੁਹਾਨੂੰ ਕੁਐਸਚਨ ਆਂਦਾ ਆ ਕਿ ਪਲਾਇਰ ਦੀ ਡੈਫੀਨੇਸ਼ਨ ਐਂਡ ਕਲਾਸੀਫਿਕੇਸ਼ਨਸ ਕਰੋ ਤਾਂ ਤੁਸੀਂ ਆ ਡਾਇਗਰਾਮ ਜ਼ਰੂਰ ਬਣਾ ਕੇ ਆਣੀ ਆ ਠੀਕ ਹੈ ਜਿਹਦੇ ਵਿੱਚ ਪਲਾਇਰ ਦੇ ਜਿਹੜੇ ਡਿਫਰੈਂਟ ਡਿਫਰੈਂਟ ਪਾਰਟਸ ਹੈਗੇ ਆ ਉਹ ਚੰਗੀ ਤਰ੍ਹਾਂ ਦੱਸਣੇ ਆ ਕਿ ਜੋਜ਼ ਕੀ ਹੁੰਦੇ ਆ ਪਾਈਪ ਗ੍ਰਿਪ ਕੀ ਹੁੰਦਾ ਕਟਰ ਫਲਕਰਮ ਐਂਡ ਹੈਂਡਲਸ ਕੀ ਹੁੰਦੇ ਆ ਤੇ ਕਿਹੜੇ ਮਟੀਰੀਅਲ ਤੋਂ ਬਣਿਆ ਹੁੰਦਾ ਹੁਣ ਜਿਹੜੇ ਹੈਂਡਲਸ ਆ ਇਹਨਾਂ ਦੇ ਉੱਪਰ ਰਬੜ ਦੀ ਕੋਟਿੰਗ ਕੀਤੀ ਹੁੰਦੀ ਆ ਤਾਂ ਜੋ ਫੋਰ ਐਗਜ਼ਾਮਪਲ ਵਾਇਰ ਨੂੰ ਕੱਟ ਕਰਨਾ ਹੈ ਉਹਦੇ ਵਿੱਚ ਕਰੰਟ ਹੈਗਾ ਸੋ ਜਿਹੜਾ ਬੰਦਾ ਆਪਰੇਟ ਕਰਦਾ ਪਿਆ ਉਹਨੂੰ ਕਰੰਟ ਨਾ ਪਵੇ ਸੋ ਇਹਦੇ ਹੈਂਡਲਸ ਦੇ ਉੱਪਰ ਰਬੜ ਜਾਂ ਪਲਾਸਟਿਕ ਦੀ ਕੋਟਿੰਗ ਕੀਤੀ ਹੁੰਦੀ ਆ ਠੀਕ ਹੈ ਜੀ ਤੇ ਜਿਹੜਾ ਵੈਸੇ ਅਪਲਾਇਰ ਆ ਨੋਰਮਲ ਇਹ ਕਾਸਟ ਆਇਰਨ ਤੋਂ ਬੜਿਆ ਹੁੰਦਾ ਆ ਠੀਕ ਹੈ ਸੋ ਕਟਰਸ ਕੀ ਕੰਮ ਆ ਕਟਰਸ ਆ ði ਸਰਫਸ ਆ ਜਨਰਲੀ ਲੋਕੇਟਡ ਕਲੋਸ ਟੂ ði ਫਲਕਰਮ ਐਂਡ ਆਰ ਯੂਜ਼ਡ ਫੋਰ ਕਟਿੰਗ ਵਾਇਰਸ ਐਂਡ ਕੇਬਲਸ ਠੀਕ ਹੈ ਆਲਰੇਡੀ ਜਿਵੇਂ ਦੱਸਤਾ ਵਾਇਰਸ ਐਂਡ ਕੇਬਲਸ ਨੂੰ ਕੱਟ ਕਰਨ ਦੇ ਕੰਮ ਆਂਦਾ ਫਲਕਰਮ ਨੋਟ ਓਨਲੀ ਇਸ ði this the place where the handles and jaws connect it also serve to create enough force for the jaws to perform their duty ٹھیک ہے بیسیکلی ایک پن ہوندی ہے جے دے आले-دوالے پورا اپلائر روٹیٹ کردا ہے ٹھیک ہے ہینڈل دا کام تانوں پتہ ہی ہاں ہاں جی ہن نیکسٹ ہے گا جی کامن ٹائپس اف اپلائر جڑے اپا نارمل یوز کر دے ਹਾਂ ਹੁਣ ਸਭ ਤੋਂ ਪਹਿਲਾਂ ਹੈ ਡਾਇਗੋਨਲ ਪਲਾਇਰ ਠੀਕ ਹੈ ਆਲਸੋ ਨੋਨ ਐਸ ਡਾਇਗੋਨਲ ਕਟਿੰਗ ਪਲਾਇਰ 플ਸ਼ ਕਟਰ ਪਲਾਇਰ ਸਾਈਡ ਕਟਿੰਗ ਪਲਾਇਰ ਵਾਇਰ ਕਟਰ ਦਾ ਜਾਜ਼ ਆਫ ਥੀਸ ਪਲਾਇਰ ਹੈਵ ਐਨ ਐਂਗਲਡ ਐਜ ਡਿਜ਼ਾਈਨ ਟੂ ਕੱਟ ਥਰੂ ਥਿਕ ਵਾਇਰ ਦੇ ਆਰ ਕੁਆਇਟ ਸਟਰੋਂਗ ਐਂਡ ਕੈਨ ਆਲਸੋ ਬੀ ਯੂਜ਼ਡ ਟੂ ਕੱਟ ਨੇਲਸ ਦੋਸ ਦੇ ਆਰ ਯੂਫੁਲ ਇਨ ਕਾਰਪਨਟਰੀ ਐਸ ਵੈਲ ਐਸ ਇਨ ਇਲੈਕਟ੍ਰਿਕ ਵਰਕ ਸੋ ਆਪ ਪਲਾਇਰ ਹੈਗਾ ਡਾਇਗਨਲ ਪਲਾਇਰ ਠੀਕ ਹੈ ਜਿਹੜਾ ਆਪਾਂ ਸਭ ਤੋਂ ਪਹਿਲੀ ਡਾਇਗਰਾਮ ਕੀਤੀ ਸੀ ਉਹ ਸੀਗਾ ਲਾਈਨਮੈਨ ਪਲਾਇਰ ਥਿਸ ਇਜ਼ ਡਾਇਗਨਲ ਪਲਾਇਰ ਜਿਹੜਾ ਮੋਸਟਲੀ ਆਪਾਂ ਵਾਇਰ ਔਰ ਵਾਇਰ ਕੱਟਣ ਦੇ ਕੰਮ ਆਉਂਦਾ ਹੈ ਪਲੱਸ ਕਾਰਪਨਟਰੀ ਦੇ ਵਿੱਚ ਯੂਜ਼ ਹੁੰਦਾ ਸੈਕੰਡ ਇਜ਼ ਹੋਸ ਕਲੈਂਪ ਪਲਾਇਰ ਠੀਕ ਹੈ ਜੀ ਹੋਸ ਕਲੈਂਪ ਪਲਾਇਰ ਥੀਸ ਪਲਾਇਰਸ ਆਰ ਡਿਜ਼ਾਈਨ ਟੂ ਕੰਪਰੈਸ ਹੋਸ ਐਂਡ ਸਪਰਿੰਗ ਕਲੈਂਪਸ ਠੀਕ ਹੈ ਜੀ ਹੋਸਸ ਕੀ ਹੁੰਦੀਆਂ ਆ ਉਹਨਾਂ ਨੂੰ ਕੰਪਰੈਸਡ ਕਰਨ ਕੱਟਣ ਦੇ ਕੰਮ ਆਉਂਦਾ ਆ ਇਹ ਹੋਸ ਕਲੈਂਪ ਪਲਾਇਰ ਨੈਕਸਟ ਹੈਗਾ ਜੀ ਤੁਹਾਡਾ ਨੀਡਲ ਨੋਜ਼ ਪਲਾਇਰ ਇਹ ਸਾਰਿਆਂ ਨੇ ਦੇਖਿਆ ਹੋਣਾ ਆ ਲਾਈਨਮੈਨ ਪਲਾਇਰ ਨਾਰਮਲ ਸ਼ੇਪ ਦਾ ਹੁੰਦਾ ਆ ਇਹ ਹੁੰਦਾ ਨੀਡਲ ਨੋਜ਼ ਯਾਨੀ ਕਿ ਇਹਦੀ ਨੋਜ਼ ਹੁੰਦੀ ਹੈ ਉਹ ਨੀਡਲ ਵਾਂਗੂ ਹੁੰਦੀ ਹੈ ਕਿੱਥੇ ਕੰਮ ਆਉਂਦਾ ਹੈ ਦਾ ਮੋਸਟ ਕਾਮਨ ਮਾਡਲਸ ਹੈਵ ਐਨ ਪੈਕ ਸ਼ੇਪ ਟੂਥ ਔਨ ਈਚ ਆ ਵਿਚ ਇਜ਼ ਯੂਜ਼ਡ ਟੂ ਪਿੰਚ ਦੀ ਕਲੈਂਪ ਸਮ ਮਾਡਲਸ ਮੇ ਆਲਸੋ ਬੀ ਯੂਜ਼ਡ ਡਾਇਰੈਕਟਲੀ ਔਨ ਦੀ ਹੌਸ ਨੀਡਲ ਨੋਜ਼ ਪਲਾਇਰ ਦਾ ਨੋਜ਼ ਆਫ ਦਾ ਟੂਲ ਇਜ਼ ਐਲੋਗੇਟਡ ਫਾਰ ਮੋਰ ਪ੍ਰੈਸਾਈਜ਼ ਐਂਡ ਕੰਟੇਨਿੰਗ ਐ ਕਟਿੰਗ ਐਜ ਨੀਅਰ ਦੀ ਬੇਸ ਇਹ ਹਾਈਲੀ ਵਰਸਟਾਈਲ ਟੂਲ ਇਟ ਕੈਨ ਬੀ ਯੂਜ਼ਡ ਫਾਰ ਬੈਂਡਿੰਗ ਸ਼ੇਪਿੰਗ ਐਂਡ ਕਟਿੰਗ ਆ ਵਾਇਰ ਸੋ ਹੇ ਵੀ ਆਪਾਂ ਮੋਸਟਲੀ ਵਾਇਰ ਕਟਿੰਗ ਦੇ ਲਈ ਕੰਮ ਚੱਲਿਆਉਂਦੇ ਆ ਨੀਡਲ ਨੋਜ਼ ਪਲਾਇਰ ਨੈਕਸਟ ਹੈ ਜੀ ਸਲਿੱਪ ਜੋਇੰਟ ਪਲਾਇਰ ਠੀਕ ਹੈ ਇਹਨੂੰ ਆਪਾਂ ਵਾਟਰ ਪمپ ਪਲਾਇਰ ਵੀ ਕਹਿੰਦੇ ਆ ਬੇਸਿਕਲੀ ਇਹ ਇੱਕ ਐਡਜਸਟੇਬਲ ਰੈਂਚ ਦੀ ਤਰ੍ਹਾਂ ਕੰਮ ਕਰਦਾ ਹੈ ਰੈਂਚ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਜਿਹਦੇ ਨਾਲ ਆਪਾਂ ਪਲੰਬਿੰਗ ਦੇ ਵਿੱਚ ਪਾਈਪ ਨੂੰ ਟਾਈਟ ਜਾਂ ਲੂਸ ਕਰਦੇ ਆ ਸੋ ਇਹ ਬਿਲਕੁਲ ਉਸ ਤਰ੍ਹਾਂ ਦਾ ਪਲਾਇਰ ਹੈਗਾ ਜਿਹਦੇ ਵਿੱਚ ਆਪਾਂ ਜੋਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਡਜਸਟ ਕਰ ਸਕਦੇ ਆ ਇਥੋਂ ਜੋਸ ਜਿਹੜੀਆਂ ਉਹ ਲੂਸ ਜਾਂ ਟਾਈਟ ਹੋ ਸਕਦੀਆਂ ਓਪਨ ਜਾਂ ਕਲੋਸ ਹੋ ਸਕਦੀਆਂ ਸੋ ਇਹ ਹੁੰਦਾ ਤੁਹਾਡਾ ਸਲਿੱਪ ਜੋਇੰਟ ਪਲਾਇਰ ਨੈਕਸਟ ਆ ਗਿਆ ਜੀ ਸਨੈਪ ਰਿੰਗ ਪਲਾਇਰ also known as retaining ring pliers, circlip pliers. These pliers have short round jaws to aid in closing snap ring. These rings are open-ended loop that fit into grooves of a dowel or other round object. Once closed, the ring can rotate freely, but it is unable to slide sideways. They are commonly used for the gears and mountain bikes and similar vehicles. ਠੀਕ ਹੈ ਜੀ ਸਨੈਪ ਰਿੰਗ ਵਾਇਰ ਆ ਜਿਹੜੇ ਇਹਦੇ ਐਂਡ ਹੈਗੇ ਜਾਜ਼ ਦੇ ਐਂਡ ਹੈਗੇ ਆ ਉਹ ਬਿਲਕੁਲ ਸਰਕੂਲਰ ਸ਼ੇਪ ਦੇ ਵਿੱਚ ਨੀਡਲ ਵਾਂਗੂ ਹੁੰਦੇ ਆ ਠੀਕ ਹੈ ਨੈਕਸਟ ਗਰੂਵ ਪਲਾਇਰ ਗਰੂਵ ਪਲਾਇਰ ਵੀ ਸੇਮ ਰੈਂਚ ਦੀ ਤਰ੍ਹਾਂ ਹੀ ਹੁੰਦਾ ਹੈ ਜਿਹਦੇ ਵਿੱਚ ਇੱਕ ਜਾ ਜਿਹੜੀ ਹੈਗੀ ਫਿਕਸਡ ਹੁੰਦੀ ਹੈ ਇੱਕ ਜਾ ਨੂੰ ਆਪਾਂ ਆਪਣੀ ਮਰਜ਼ੀ ਦੇ ਅਕੋਰਡਿੰਗ ਅ ਲੂਜ਼ ਜਾਂ ਟਾਈਟ ਕਰ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਕੁਝ ਹੋਰ ਤਰ੍ਹਾਂ ਦੇ ਪਲਾਇਰਸ ਹੀ ਹੈਗੇ ਜਿਸ ਤਰ੍ਹਾਂ ਬੇਲ ਮੇਕਿੰਗ ਪਲਾਇਰ ਠੀਕ ਹੈ ਆਪਾਂ ਇੰਨੇ ਜਿਆਦਾ ਟਾਈਪਸ ਪਲਾਇਰ ਨਹੀਂ ਕਰਨੇ ਬੈਂਟ ਨੋਜ਼ ਪਲਾਇਰ ਠੀਕ ਹੈ ਜਿਸ ਤਰ੍ਹਾਂ ਤੁਹਾਡਾ ਨੀਡਲ ਨੋਜ਼ ਪਲਾਇਰ ਹੁੰਦਾ ਉਹਦੀ ਨੀਡਲ ਨੂੰ ਥੋੜਾ ਬੈਂਟ ਕਰ ਦਈਏ ਤਾਂ ਬੈਂਟ ਨੋਜ਼ ਪਲਾਇਰ ਹੁੰਦਾ ਜਿਹੜੇ ਸਪੈਸੀਫਿਕ ਕਈ ਐਪਲੀਕੇਸ਼ਨਸ ਦੇ ਵਿੱਚ ਕੰਮ ਆਉਂਦੇ ਆ ਬ੍ਰੇਕ ਸਪਰਿੰਗ ਪਲਾਇਰ ਜਿਹਦੇ ਨਾਲ ਆਪਾਂ ਜਿਹੜੀ ਬ੍ਰੇਕ ਹੁੰਦੀ ਆ ਉਹਦੇ ਜਿਹੜੇ ਪੈਡ ਹੁੰਦੇ ਆ ਉਹਨਾਂ ਨੂੰ ਰਿਮੂਵ ਕਰਦੇ ਆ ਬ੍ਰੇਕ ਸਪਰਿੰਗ ਪਲਾਇਰ ਕੈਨਵਸ ਪਲਾਇਰ ਚੇਨ ਨੋਜ਼ ਪਲਾਇਰ ਕੰਬੀਨੇਸ਼ਨ ਪਲਾਇਰਸ ਠੀਕ ਹੈ ਸੋ ਇਹ ਕੁਝ ਟਾਈਪਸ ਸਿਗੀਆਂ ਫਲੈਟ ਨੋਜ਼ ਕ੍ਰੋਮੈਟ ਪਲਾਇਰ ਹੋਸ ਗ੍ਰਿਪ ਪਲਾਇਰ ਸੋ ਇਹ ਸਭ ਤੋਂ ਜਿਹੜਾ ਸਾਡਾ ਮੇਨ ਹੈਗਾ ਉਹ ਆਹੀ ਹੈ ਜੀ ਲਾਈਨਮੈਨ ਲਾਈਨਸਮੈਨ ਪਲਾਇਰ ਠੀਕ ਹੈ ਜਿਹੜਾ ਆਪਾਂ ਮੋਸਟਲੀ ਜਨਰਲ ਲਾਈਫ ਦੇ ਵਿੱਚ ਯੂਜ਼ ਕਰਦੇ ਆਂ ਲਾਈਨਸਮੈਨ ਪਲਾਇਰ ਠੀਕ ਹੈ ਇਹ ਕਾ ਵੀ ਤੁਸੀਂ ਦੇਖਿਆ ਹੋਣਾ ਨੇਲ ਪੁੱਲਰ ਪਲਾਇਰ ਔਇਲ ਫਿਟਲ ਪਲਾਇਰ ਪਿਸਟਨ ਰਿੰਗ ਪਲਾਇਰ ਜਿਹਦੇ ਨਾਲ ਆਪਾਂ ਜਿਹੜੇ ਆਪਣੇ ਇੰਜਨਸ ਦੇ ਪਿਸਟਨ ਹੈਗਾ ਉਹਨਾਂ ਦੇ ਅਲੋਲ ਜਿਹੜੀਆਂ ਰਿੰਗਸ ਹੁੰਦੀਆਂ ਉਹਨਾਂ ਨੂੰ ਰਿਮੂਵ ਕਰਦੇ ਆ ਸੋ ਇਹ ਹੈਗਾ ਤੁਹਾਡਾ ਪਿਸਟਨ ਰਿੰਗ ਪਲਾਇਰ ਠੀਕ ਹੈ ਸੋ ਇਹ ਸੀਗੀਆਂ ਕੁਝ ਪਲਾਇਰਸ ਦੀਆਂ ਟਾਈਪ ਹਾਂਜੀ ਸੋ ਜਿਹੜਾ ਸਾਡਾ ਨੈਕਸਟ ਹੁਣ ਟੂਲ ਹੈਗਾ ਜੀ ਇਹ ਹੈਗਾ ਆ ਫਾਈਨ फाइल की कटिंग टूल ए ए फाइल इज़ टू 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 कट ट्रिम और और फिनिश जॉब ऑफ़ वुड इन ऑर्डर गिव शेप अकॉर्डिंग आवर नीड सच मेकिंग कोई जिस तरह वेल्डिंग की थी, दो वेल्डिंग करती उस तो बाद वैलडिंग अनि बना ठीक है क्लियर नहीं है, वेल्डिंग हुई है। आपा अगर फिनिश करना है तो आप फाइल्स की हैल्प लेंगे फाइल्स की हेल्पर फोर्स लगा के अपना एक्सट्रा जरा मटीरियल आ रिमूव करते हैं तो जो जी शेप हैगी प्रोपर हो सके राउंड शेप अत राउंड कर दे ठीक है सो so, <coughs> फाइल्स का जोड़ा मटीरियल है बनिया हों जी हाई कार्बन स्टील तो ठीक है सो so, एक बिल्कुल कटिंग मट ए, कटिंग टूल हैगा फाइल ठीक है ਤੇ ਜਿਹੜੀ ਇਹਦੀ ਜੌਬ ਹੈਗੀ ਆ ਉਹ ਚਿਪਸ ਦੇ ਵਿੱਚ ਕਿਸੇ ਮਟੀਰੀਅਲ ਨੂੰ ਰਿਮੂਵ ਕਰਨਾ ਚਿਪਸ ਹੁੰਦਾ ਹੈ ਜਦੋਂ ਆਪਾਂ ਕਿਸੇ ਮਟੀਰੀਅਲ ਨੂੰ ਕੱਟ ਕਰਦੇ ਆ ਜਿਹੜਾ ਪਾਰਟ ਟੁੱਟ ਟੁੱਟ ਜਾਂਦਾ ਹੈ ਉਸ ਮਟੀਰੀਅਲ ਨਾਲੋਂ ਠੀਕ ਹੈ ਬਰੀਕ ਬਰੀਕ ਪਾਰਟੀਕਲਸ ਜਿਹੜੇ ਰਿਮੂਵ ਹੋ ਜਾਂਦੇ ਆ ਉਹਨਾਂ ਨੂੰ ਚਿਪਸ ਕਹਿੰਦੇ ਠੀਕ ਹੈ ਸੋ ਵਾਟ ਇਜ਼ ਫਾਈਲ ਆ ਇੱਕ ਫਾਈਲ ਦੀ ਸਿੰਪਲ ਡਾਇਗਰਾਮ ਆ ਠੀਕ ਹੈ ਇਹ ਹਮੇਸ਼ਾ ਯਾਦ ਰੱਖਣੀ ਆ ਜੇ ਐਗਜ਼ਾਮਸ ਦੇ ਵਿੱਚ ਕੁਐਸਚਨ ਆਉਂਦੇ ਆ ਫਾਈਲ ਦੇ ਵਿੱਚ ਤਾਂ ਡਾਇਗਰਾਮ ਬਣਾ ਕੇ ਆਉਣੀ ਆ ਸੋ ਕੀ ਹੈਗਾ ਜੀ ਫਾਈਲ ਦੇ ਕਿਹੜੇ ਕਿਹੜੇ ਪਾਰਟਸ ਹੁੰਦੇ ਆ ਸਭ ਤੋਂ ਪਹਿਲਾਂ ਪਾਰਟ ਹੈਗਾ ਆ ਹੈਂਡਲ ਠੀਕ ਹੈ ਹੈਂਡਲ वुਡ ਦਾ ਹੋ ਸਕਦਾ ਜਾਂ ਪਲਾਸਟਿਕ ਦਾ ਹੋ ਸਕਦਾ ਉਸ ਤੋਂ ਬਾਅਦ ਹੈਂਡਲ ਜਿੱਥੇ ਫਾਈਲ ਦੇ ਨਾਲ ਜੁੜਦਾ ਆ ਉਹਨੂੰ ਕਹਿੰਦੇ ਆ ਟੈਂਕ ਠੀਕ ਹੈ ਇਹ ਹੈ ਕੋਈ ਤੁਹਾਡਾ ਟੈਂਕ ਨੈਕਸਟ ਪਾਰਟ ਇਜ਼ ਹੀਲ ਜਿੱਥੇ ਜਿਹੜੀ ਫਾਈਲ ਦੇ ਉੱਪਰ ਗਰੂਵਸ ਬਣੇ ਹੋਏ ਆ ਠੀਕ ਹੈ ਉਹ ਨਹੀਂ ਹੁੰਦੇ ਉਸ ਪਾਰਟ ਨੂੰ ਕਹਿੰਦੇ ਆ ਹੀਲਸ ਉਸ ਤੋਂ ਬਾਅਦ ਜਿੱਥੇ ਫਾਈਲ ਦੇ ਉੱਪਰ ਅ ਗਰੂਵਸ ਬਣੇ ਹੋਇਆ ਜਿਹਦੇ ਨਾਲ ਕਟਿੰਗ ਐਕਸ਼ਨ ਪਰਫਾਰਮ ਹੁੰਦਾ ਆ ਉਹਨੂੰ ਕਹਿੰਦੇ ਆ ਫੇਸ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੋਂ ਲੈ ਕੇ ਇੱਥੇ ਤੱਕ ਸਾਰਾ ਹੈਗਾ ਆ ਫੇਸ ਠੀਕ ਹੈ ਜੀ ਥਿਸ ਇਸ ਪੁਆਇੰਟ ਐਂਡ ਉਹਦੀ ਟੋਟਲ ਲੈਂਥ ਕਿੰਨੀ ਆ ਇਹ ਸਾਈਡ ਨੂੰ ਕਹਿੰਦੇ ਆ ਐਜ ਠੀਕ ਹੈ ਸੋ ਟੋਟਲ 6 ਕੰਪੋਨੈਂਟਸ ਹੈਗੇ ਆ ਇੱਕ ਫਾਈਲ ਦੇ ਹੈਂਡਲ ਟੈਂਕ ਹੀਲ ਫੇਸ ਐਜ ਐਂਡ ਟਿਪ ਔਰ ਪੁਆਇੰਟ ਸੋ ਇਹ ਸੀਗੇ ਜੀ ਫਾਈਲ ਦਾ ਨੋਮਨਕਲੇਚਰ ਇਹ ਡਾਇਗਰਾਮ एग्जाम ਦੇ ਵਿੱਚ ਆਉਂਦਾ ਹੈ ਕੁਐਸਚਨ ਤਾਂ ਬਣਾ ਕੇ ਆਣੀ ਠੀਕ ਹੈ ਹੁਣ ਉਸ ਤੋਂ ਬਾਅਦ ਗੱਲ ਆ ਗਈ ਟਾਈਪਸ ਆਫ ਫਾਈਲ ਠੀਕ ਹੈ ਹੁਣ ਜਿਹੜੀਆਂ ਫਾਈਲਸ ਆ ਉਹਨੂੰ ਆਪਾਂ ਦੋ ਤਰੀਕੇ ਨਾਲ ਕਲਾਸੀਫਾਈ ਕਰ ਸਕਦੇ ਹਾਂ ਦੋ ਤਰੀਕੇ ਨਾਲ ਉਹਨਾਂ ਨੂੰ ਡਿਵਾਈਡ ਕਰ ਸਕਦੇ ਹਾਂ ਇੱਕ ਤਾਂ ਆਪਾਂ ਫਾਈਲਸ ਨੂੰ ਡਿਵਾਈਡ ਕਰ ਸਕਦੇ ਹਾਂ ਔਨ ਦੀ ਬੇਸਿਸ ਆਫ ਗ੍ਰੇਡ ਠੀਕ ਹੈ ਜਿਹੜੇ ਉਹਦੇ ਉੱਪਰ ਦੰਦੇ ਬਣੇ ਹੋਏ ਆ ਠੀਕ ਹੈ ਗਰੂਪਸ ਬਣੇ ਹੋਏ ਆ ਉਹਨਾਂ ਦਾ ਗ੍ਰੇਡ ਕੀ ਆ ਠੀਕ ਹੈ ਇੱਕ ਆਪਾਂ ਡਿਵਾਈਡ ਕਰ ਸਕਦੇ ਆ ਕਲਾਸੀਫਾਈ ਕਰ ਸਕਦੇ ਆ ਫਾਈਲਸ ਨੂੰ ਉਹਨਾਂ ਦੇ ਲੈਂਥ ਦੇ ਅਕੋਰਡਿੰਗ ਤੇ ਇੱਕ ਆਪਾਂ ਕਲਾਸੀਫਾਈ ਕਰ ਸਕਦੇ ਆ ਉਹਨਾਂ ਦੀ ਸ਼ੇਪ ਦੇ ਅਕੋਰਡਿੰਗ ਸੋ ਅਗਰ ਕਿਸੇ ਫਾਈਲ ਦੇ ਉੱਪਰ 30 ਟੀਥ ਪਰ ਇੰਚ 30 ਟੀਥ ਪਰ ਇੰਚ ਯਾਨੀ ਕਿ 1 ਇੰਚ ਦੇ ਵਿੱਚ 30 30 ਗਰੂਵਸ ਹੈਗੇ ਆ ਠੀਕ ਹੈ ਤਾਂ ਉਹਨੂੰ ਆਪਾਂ ਕਹਿੰਦੇ ਆ ਬਾਸਟਰਡ ਫਾਈਲ ਠੀਕ ਹੈ ਅਗਰ ਕਿਸੇ ਫਾਈਲ ਦੇ ਉੱਪਰ 20 ਟੀਥ ਪਰ ਇੰਚ ਹੈਗੇ ਆ ਤਾਂ ਉਹਨੂੰ ਆਪਾਂ ਕਹਿੰਦੇ ਆ ਰਫ ਫਾਈਲ ਠੀਕ ਹੈ ਇਸੇ ਤਰ੍ਹਾਂ ਸੈਕੰਡ ਕੱਟ ਜਿਹਦੇ ਉੱਪਰ 40 ਟੀਥ ਪਰ ਇੰਚ ਹੋਣਗੇ ਉਹਨੂੰ ਆਪਾਂ ਕਹਿੰਦੇ ਆ ਸੈਕੰਡ ਕੱਟ ਫਾਈਲ ਹੁਣ ਇਹ ਗਰੂਪਸ ਦੇ ਹੋਣ ਦਾ ਤੇ ਨਾ ਹੋਣ ਦਾ ਫਾਇਦਾ ਕੀ ਆ ਜਿੰਨਾ ਗੈਪ ਗਰੂਪਸ ਦੇ ਵਿੱਚ ਜ਼ਿਆਦਾ ਹੋਊਗਾ ਉੰਨੀ ਉਹ ਫਾਈਲ ਜ਼ਿਆਦਾ ਮਟੀਰੀਅਲ ਰਿਮੂਵ ਕਰੂਗੀ ਠੀਕ ਹੈ ਤੇ ਅਗਰ ਜਿਹੜੇ ਗਰੂਪਸ ਹੈਗੇ ਆ ਉਹਨਾਂ ਦੇ ਵਿੱਚਲਾ ਗੈਪ ਘੱਟ ਹੋਊਗਾ ਤਾਂ ਫਾਈਲ ਜਿਹੜੀ ਆ ਉਹ ਸਰਫੇਸ ਫਿਨਿਸ਼ ਬੈਟਰ ਦਊਗੀ ਮਟੀਰੀਅਲ ਘੱਟ ਰਿਮੂਵ ਕਰੂਗੀ ਬਟ ਸਰਫੇਸ ਫਿਨਿਸ਼ ਉਹਦੀ ਜ਼ਿਆਦਾ ਵਧੀਆ ਹੋਏਗੀ ਠੀਕ ਹੈ ਜੀ ਓਨ ਦੀ ਬੇਸਿਸ ਆਫ ਗ੍ਰੇਡ ਸੋ ਇਹ ਕਰਨ ਤੋਂ ਪਹਿਲਾਂ ਆਪਾਂ ਉਨਾ ਦੀ ਸ਼ੇਪ ਦੇ ਅਕੋਰਡਿੰਗ ਦੇਖਦੇ ਹਾਂ ਕਲਾਸੀਫਿਕੇਸ਼ਨ ਅਕੋਰਡਿੰਗ ਟੂ ਸ਼ੇਪ ਸੋ ਜਿਹੜੀ ਸਭ ਤੋਂ ਪਹਿਲੀ ਫਾਈਲ ਹੈਗੀ ਹੈ ਜੀ ਜਿਹੜੀ ਆਪਾਂ ਨੋਰਮਲ ਦੇਖੀ ਹੋਣੀ ਹੈ ਸਾਰਿਆਂ ਨੇ ਥੈਟ ਇਜ਼ ਫਲੈਟ ਫਾਈਲ ਠੀਕ ਹੈ ਆ ਉਹਦਾ ਫਰੰਟ 뷰 ਆ ਆ ਟਾਪ 뷰 ਆ ਇਹ ਹੁੰਦੀ ਹੈ ਤੁਹਾਡੀ ਫਲੈਟ ਫਾਈਲ this file is a rectangular cross section in shape it made slightly tempered both in width and thickness ਡਬਲ ਕੱਟ ਥੀ ਥਾਰ ਕੱਟ ਔਨ ਦੀ ਫੇਸ ਐਂਡ ਸਿੰਪਲ ਕੱਟ ਥੀ ਥਾਰ ਕੱਟ ਔਨ ਦੀ ਐਜ ਹੁਣ ਡਬਲ ਕੱਟ ਐਂਡ ਸਿੰਗਲ ਕੱਟ ਦਾ ਕੀ ਮਤਲਬ ਆ ਇਹ ਤੁਹਾਨੂੰ ਮੈਂ ਲਾਸਟ ਦੇ ਵਿੱਚ ਕਰਾਉਣਾ ਸੋ ਸਭ ਤੋਂ ਪਹਿਲੀ ਫਾਈਲ ਹੋਗੀ ਤੁਹਾਡੀ ਫਲੈਟ ਫਾਈਲ ਸੈਕੰਡ ਹੋਗੀ ਤੁਹਾਡੀ ਰਾਉਂਡ ਫਾਈਲ ਠੀਕ ਹੈ ਇਹ ਵੀ ਸਾਰਿਆਂ ਨੇ ਦੇਖੀ ਹੋਣੀ ਆ ਥਰਡ ਹੋਗੀ ਹਾਫ ਰਾਉਂਡ ਠੀਕ ਹੈ ਆ ਇਹਦਾ ਅ ਫਰੰਟ ਵਿਊ ਹੈਗਾ ਹੈ ਠੀਕ ਹੈ ਇਹਦੀ ਸ਼ੇਪ ਦੇ ਅਕੋਰਡਿੰਗ ਆਪਾਂ ਕਲਾਸੀਫਾਈ ਕਰ ਰਹੇ ਹਾਂ ਇਹ ਹੋ ਗਈ ਹਾਲ ਫਰਮ ਨੈਕਸਟ ਆ ਗਈ ਜੀ ਟ੍ਰਾਇੰਗੂਲਰ ਫਾਈਲ ਠੀਕ ਹੈ ਇਹ ਅਲੱਗ-ਅਲੱਗ ਸ਼ੇਪਸ ਦੇ ਅਕੋਰਡਿੰਗ ਜਿੱਥੇ ਸਾਨੂੰ ਜ਼ਰੂਰਤ ਹੈਗੀ ਆ ਉਸ ਐਪਲੀਕੇਸ਼ਨ ਦੇ ਅਕੋਰਡਿੰਗ ਆਪਾਂ ਡਿਫਰੈਂਟ ਟਾਈਪ ਦੀ ਸ਼ੇਪਸ ਜਾਂ ਫਾਈਲਸ ਯੂਜ਼ ਕਰਦੇ ਹਾਂ ਜਿਹੜੀ ਹੁਣ ਟ੍ਰਾਇੰਗੂਲਰ ਫਾਈਲ ਆ ਇਹਦੀ ਸ਼ੇਪ ਵੀ ਹੁੰਦੀ ਆ ਵੀ ਸ਼ੇਪ ਦੇ ਵਿੱਚ ਹੁੰਦੀ ਆ ਤੇ 60 ਡਿਗਰੀ ਐਂਗਲ ਹੁੰਦਾ ਨੈਕਸਟ ਆ ਗਈ ਜੀ ਸਕੁਅਰ ਫਾਈਲ ਉਸ ਤੋਂ ਬਾਅਦ ਹੈਂਡ ਫਾਈਲ ਠੀਕ ਹੈ ਸਿਰਫ ਡਿਫਰੈਂਟ ਸ਼ੇਪਸ ਆ ਕਮਨ ਫਾਈਲ ਦਾ ਤੁਹਾਨੂੰ ਪਤਾ ਹੀ ਆ ਕਟਿੰਗ ਟੂਲ ਨਾਈਫ ਐਜ ਫਾਈਲ ਠੀਕ ਹੈ ਸੋ ਇਹ ਸਿਗੀ ਸ਼ੇਪ ਦੇ ਅਕੋਰਡਿੰਗ ਆਪਾਂ ਫਾਈਲ ਨੂੰ ਕਿਸ ਤਰ੍ਹਾਂ ਡਿਵਾਈਡ ਕਰ ਸਕਦੇ ਹਾਂ ਹੁਣ ਆ ਗਈ ਗੱਲ ਗ੍ਰੇਡ ਦੇ ਅਕੋਰਡਿੰਗ ਠੀਕ ਹੈ ਗ੍ਰੇਡ ਦੇ ਅਕੋਰਡਿੰਗ ਫਾਈਲ ਨੂੰ ਕਿਸ ਤਰ੍ਹਾਂ ਡਿਵਾਈਡ ਕਰ ਸਕਦੇ ਹਾਂ ਹੁਣ ਜਿਹੜੀ ਰਫ ਫਾਈਲ ਆ ਉਹਦੇ ਉੱਪਰ ਜਿਹੜੇ ਟੀਥ ਬਣੇ ਹੋਣਗੇ ਕੁਝ ਇਸ ਤਰ੍ਹਾਂ ਦੇ ਹੋਣਗੇ ਠੀਕ ਹੈ ਇਨ ਥਿਸ ਟਾਈਪ ਆਫ ਫਾਈਲ ਟੀਥ ਆਰ ਇਨ 빅 ਸਾਈਜ਼ ਐਂਡ ਲੈਸ ਇਨ ਨੰਬਰ ਜਿਹੜਾ ਉਹਨਾਂ ਦਾ ਗੈਪ ਹੋਏਗਾ ਉਹ ਜ਼ਿਆਦਾ ਹੋਏਗਾ ਤੇ ਉਹਨਾਂ ਦੀ ਨੰਬਰਿੰਗ ਘਟ ਹੋਏਗੀ ਠੀਕ ਹੈ ਗੈਪ ਜ਼ਿਆਦਾ ਹੋਏਗਾ ਤਾਂ ਜ਼ਿਆਦਾ ਮਟੀਰੀਅਲ ਰਿਮੂਵ ਕਰੂਗੀ ਨੈਕਸਟ ਆ ਗਈ ਬਾਸਟਰਡ ਫਾਈਲ ਥੀਥ ਆਫ ਥਿਸ ਫਾਈਲ ਆਰ ਕੰਪੇਰੀਟਿਵਲੀ ਸਮਾਲਰ ਦੈਨ ਦੋਸ ਆਫ ਰਫ ਫਾਈਲ ਇਟ ਇਜ਼ ਯੂਜ਼ਡ ਇਨੀਸ਼ially ਟੂ ਸ਼ੈਟ ਮਟੀਰੀਅਲ ਮੈਟਲ ਇਨ ਲਾਰਜ ਕਵਾਂਟੀਟੀ ਠੀਕ ਹੈ ਨੈਕਸਟ ਆ ਗਈ ਜੀ ਸੈਕੰਡ ਕੱਟ ਫਾਈਲ ਸੈਕੰਡ ਕੱਟ ਫਾਈਲ ਕਿਹੜੀ ਹੁੰਦੀ ਆ ਜਿਹਦੇ ਉੱਪਰ ਅ ਦੋ ਸਾਈਡਸ ਤੋਂ ਕੱਟ ਬਣੇ ਹੁੰਦੇ ਆ ਜਿਹੜੀ ਆਪਾਂ ਲਾਸਟ ਦੇ ਵਿੱਚ ਸਰਫੇਸ ਫਿਨਿਸ਼ਿੰਗ ਦੇ ਲਈ ਯੂਜ਼ ਕਰਦੇ ਆ ਸੈਕੰਡ ਕੱਟ ਫਾਈਲ ਠੀਕ ਹੈ ਲਾਸਟ ਦੇ ਵਿੱਚ ਆ ਗਈ ਸਮੂਥ ਫਾਈਲ ਸਮੂਥ ਫਾਈਲ ਹੁੰਦੀ ਆ ਜਿਹਦੇ ਉੱਪਰ ਜਿਹੜਾ ਟੀਥ ਜਾਂ ਗਰੂਫਸ ਆ ਜਿਹੜਾ ਗੈਪ ਹੈਗਾ ਉਹ ਬਹੁਤ ਘੱਟ ਹੁੰਦਾ ਹੈ ਉਹਨੂੰ ਕਹਿੰਦੇ ਆ ਸਮੂਥ ਫਾਈਲ ਠੀਕ ਹੈ ਹੁਣ ਆ ਗਈ ਗੱਲ ਕਿ ਸਿੰਗਲ ਕੱਟ ਐਂਡ ਡਬਲ ਕੱਟ ਕੀ ਹੁੰਦਾ ਸਿੰਗਲ ਕੱਟ ਦਾ ਮੀਨਿੰਗ ਹੈਗਾ ਜਿਹੜੀਆਂ ਗਰੂਫਸ ਹੈਗੀਆਂ ਠੀਕ ਹੈ ਇਹ ਇਕੋ ਇਕੋ ਲਾਈਨ ਦੇ ਵਿੱਚ ਪੈਰਲਲ ਇੱਕ ਦੂਸਰੇ ਦੇ ਹੈਗੀਆਂ ਸਾਰੀਆਂ ਗਰੂਵਸ ਜਾਂ ਟੀਥ ਬਿਲਕੁਲ ਪੈਰਲਲ ਆ ਇੱਕ ਦੂਸਰੇ ਦੇ ਜਿਹੜੀ ਹੁੰਦੀ ਹੈ ਜੀ ਡਬਲ ਕੱਟ ਉਹ ਕਾਦੇ ਲਈ ਯੂਜ਼ ਕਰਦੇ ਆ ਆਪਾਂ ਡਬਲ ਕੱਟ ਹੁੰਦੀ ਹੈ ਜਿਹਦੇ ਵਿੱਚ ਦੋਨੋਂ ਸਾਈਡਸ ਤੋਂ 45 ਡਿਗਰੀ ਐਂਗਲ ਦੇ ਉੱਪਰ ਗਰੂਵਸ ਬਣੀਆਂ ਹੁੰਦੀਆਂ ਠੀਕ ਹੈ 45 ਡਿਗਰੀ ਐਂਗਲਸ ਤੇ ਦੋਨੋਂ ਸਾਈਡਸ ਤੋਂ ਗਰੂਵਜ਼ ਬਣੀਆਂ ਹੁੰਦੀਆਂ ਇਹ ਫਾਈਲ ਆਪਾਂ ਯੂਜ਼ ਕਰਦੇ ਆ ਫॉर ਬੈਟਰ ਸਰਫਸ ਫਿਨਿਸ਼ਿੰਗ ਠੀਕ ਹੈ ਇੱਕ ਵਾਰ ਦੁਬਾਰਾ ਦੇਖ ਲਓ ਇਹ ਹੁੰਦੀ ਹੈ ਤੁਹਾਡੀ ਫਲੈਟ ਫਾਈਲ ਠੀਕ ਹੈ ਆ ਹੋ ਗਈ ਤੁਹਾਡੀ ਡਬਲ ਕੱਟ ਜਿਹਦੇ ਉੱਪਰ ਜਿਹੜੀਆਂ ਗਰੂਵਜ਼ ਹੈਗੀਆਂ ਉਹ ਦੋਨੋਂ ਸਾਈਡਸ ਤੋਂ 45 ਡਿਗਰੀ ਐਂਗਲ ਤੇ ਕ੍ਰੋਸ ਕਰਦੀਆਂ ਪਈਆਂ ਇੱਕ ਦੂਸਰੇ ਇਹ ਹੋ ਗਈ ਡਬਲ ਕੱਟ ਠੀਕ ਹੈ ਆ ਵੀ ਡਬਲ ਕੱਟ ਫਾਈਲ ਹੈ ਆ ਤੁਹਾਡੀ ਸਕੁਅਰ ਫਾਈਲ ਹੋਗੀ राउंड फाइल हाफ राउंड फाइल ए आपा शेप ਦੇ ਅਕੋਰਡਿੰਗ ਗੱਲ ਕਰ ਰਹੇ ਆ दिस इज योर ਹਾਫ राउंड फाइल 나ይਫ এজ फाइल ਟ੍ਰਾਇੰਗੂਲਰ फाइल ਠੀਕ ਹੈ ਉਸ ਤੋਂ ਬਾਅਦ ਕਈ ਹੋਰ ਤਰ੍ਹਾਂ ਦੀਆਂ ਨੀਡਲ ਟਾਈਪ ਫਾਈ ਠੀਕ ਹੈ ਇਹ ਹੁਣ ਕੁਝ ਆ ਗਈਆਂ ਸਪੈਸ਼ਲ ਟਾਈਪ ਆਫ ਫਾਈਲਸ ਜਿਹੜੀਆਂ ਕੁਝ ਸਪੈਸ਼ਲ ਅ ਐਪਲੀਕੇਸ਼ਨਸ ਲਈ ਆਪਾਂ ਯੂਜ਼ ਕਰਦੇ ਆ ਠੀਕ ਹੈ ਇਹ ਆਪਾਂ ਨਹੀਂ ਕਰਨੀਆਂ ਠੀਕ ਹੈ ਜੀ ਸੋ ਹੁਣ ਇੱਥੇ ਤੁਹਾਨੂੰ ਦੇਖੋ ਆ ਹੈਗਾ ਜੀ ਸਿੰਗਲ ਕੱਟ ਫਾਈਲ ਸਿਰਫ ਜਿਹੜੀਆਂ ਗਰੂਵਸ ਹੈਗੀਆਂ ਟੀਥਸ ਹੈਗੀਆਂ ਇੱਕੋ ਸਾਈਡ ਦੇ ਪੈਰਲਰ ਆ ਆ ਹੈਗੀ ਤੁਹਾਡੀ ਡਬਲ ਕੱਟ ਠੀਕ ਹੈ ਸੋ ਇਹ ਸੀਗਾ ਜੀ ਅੱਜ ਦਾ ਸਾਡਾ ਟੌਪਿਕ ਜਿਹਦੇ ਵਿੱਚ ਆਪਾਂ ਪਲਾਇਰਸ ਐਂਡ ਫਾਈਲਸ ਨੂੰ ਕੰਪਲੀਟ ਕਰ ਲਿਆ ਜੇ ਕਿਸੇ ਕੋਈ ਸਟੂਡੈਂਟ ਦਾ ਡਾਊਟ ਹੋਇਆ ਤਾਂ ਨੈਕਸਟ ਲੈਕਚਰ ਦੇ ਵਿੱਚ ਆਪਣੇ ਡਾਊਟਸ ਕਲੀਅਰ ਕਰ ਲਿਓ